ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਡੀਚੀਨੋ ਵੱਲੋਂ ਅੱਜ ਮੀਟਿੰਗ ਵਿੱਚ ਦੱਸਿਆ ਗਿਆ ਕਿ ਫਾਈਲ ਪ੍ਰੋਸੈਸਿੰਗ ਤੇਜ਼ ਕਰਨ ਲਈ ਕਿਹੜੇ ਅਹਿਮ ਕਦਮ ਚੁੱਕੇ ਜਾ ਰਹੇ ਹਨ ਇਮੀਗ੍ਰੇਸ਼ਨ ਵੱਲੋਂ ਅੱਗੇ ਤੁਹਾਨੂੰ ਵਿਸਤਾਰ ਵਿੱਚ ਦੱਸਦੇ ਹਾਂ ਸਾਰੀ ਖਬਰ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਡੀਚੀਨੋ ਵੱਲੋਂ ਅੱਜ 12 ਮਈ ਨੂੰ ਮਾਡਰਨਾਈਜ਼ਿੰਗ ਕੈਨੇਡਾ ਇਮੀਗ੍ਰੇਸ਼ਨ ਸਿਸਟਮ ਤੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ ਗਈ ਹੈ ਇਮੀਗ੍ਰੇਸ਼ਨ ਮੰਤਰੀ ਵੱਲੋਂ ਦੱਸਿਆ ਗਿਆ ਕਿ ਪੇਪਰ ਬੇਸਡ ਇਮੀਗ੍ਰੇਸ਼ਨ ਐਪਲੀਕੇਸ਼ਨ ਕੈਨੇਡਾ ਵੱਲੋਂ ਲੈਣੀਆਂ ਬੰਦ ਕੀਤੀਆਂ ਜਾ ਰਹੀਆਂ ਹਨ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਪੁਰਾਣਾ ਗਲੋਬਲ ਕੇਸ ਮੈਨੇਜਮੈਂਟ ਸਿਸਟਮ ਖਤਮ ਕੀਤਾ ਜਾ ਰਿਹਾ ਹੈ ਜੋ ਕਿ ਕੈਨੇਡਾ ਦਾ ਇਮੀਗ੍ਰੇਸ਼ਨ ਫਾਈਲ ਮੈਨੇਜਮੈਂਟ ਸਿਸਟਮ ਸੀ ਪਿਛਲੇ ਹੀ ਮਹੀਨੇ ਕੈਨੇਡਾ ਸਰਕਾਰ ਵੱਲੋਂ 430 ਮਿਲੀਅਨ ਡਾਲਰ ਦੀ ਲਾਗਤ ਇਮੀਗ੍ਰੇਸ਼ਨ ਸਿਸਟਮ ਨੂੰ ਮਾਡਰਨਾਈਜ਼ ਕਰਨ ਲਈ ਲਗਾਉਣ ਦਾ ਵਾਅਦਾ ਕੀਤਾ ਗਿਆ ਹੈ ਇਸ ਲਾਗਤ ਨਾਲ ਆਇਆ IRCC ਵੱਲੋਂ ਇਮੀਗ੍ਰੇਸ਼ਨ ਪ੍ਰੋਸੈਸ ਤੇਜ਼ ਕੀਤਾ ਜਾਵੇਗਾ ਮੈਡੀਕਨੋ ਦਾ ਕਹਿਣਾ ਹੈ ਕਿ ਨਵੇਂ ਸਿਸਟਮ ਨਾਲ ਇਮੀਗ੍ਰੇਸ਼ਨ ਐਪਲੀਕੈਂਟਸ ਜ਼ਿਆਦਾ ਕੌਨਫੀਡੈਂਟ ਹੋਣ ਕੇ ਕੈਨੇਡਾ ਵਿੱਚ ਫਾਈਲ ਲਗਾਉਣ ਲਈ ਤੇ ਇਹ ਵੀ ਕਿਹਾ ਗਿਆ ਕਿ ਮਹਾਮਾਰੀ ਨਾਲ ਆਉਣ ਵਾਲੀਆਂ ਮੁਸ਼ਕਲਾਂ ਦੇ ਬਾਵਜੂਦ ਵੀ IRCC ਵੱਲੋਂ essentiial travelers ਲਈ ਕੈਨੇਡਾ ਵਿੱਚ ਐਂਟਰੀ ਸੁਰੱਖਿਤ ਤਰੀਕੇ ਨਾਲ ਓਪਨ ਰੱਖੀ ਗਈ ਹੈ ਤੇ ਕਿਹਾ ਗਿਆ ਕਿ ਕੈਨੇਡਾ ਰੈਫਿਊਜੀਸ ਦੀ ਸੈਟਲਮੈਂਟ ਲਈ ਵੀ ਦੁਨੀਆ ਦਾ ਨੰਬਰ 1 ਕੰਟਰੀ ਬਣਿਆ ਹੋਇਆ ਹੈ ਤੇ ਇਹ ਵੀ ਕਿਹਾ ਗਿਆ ਕਿ ਕੈਨੇਡਾ ਵੱਲੋਂ ਪੇਪਰ ਬੇਸਡ ਅਪਲੀਕੇਸ਼ਨ ਬੰਦ ਕਰਕੇ ਮਾਡਰਨ ਇਮੀਗ੍ਰੇਸ਼ਨ ਸਿਸਟਮ ਵੱਲ ਵਧਿਆ ਜਾ ਰਿਹਾ ਹੈ ਤਾਂ ਜੋ ਕਿ ਇਮੀਗ੍ਰੇਸ਼ਨ ਫਾਈਲਸ ਨੂੰ ਬਹੁਤ ਤੇਜ਼ੀ ਨਾਲ ਪ੍ਰੋਸੈਸ ਕੀਤਾ ਜਾਵੇ ਤੇ ਇਸ ਸਿਸਟਮ ਨੂੰ ਲਾਗੂ ਕਰਨ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ ਵੀਡੀਓ ਵਿੱਚ ਦੱਸੀ ਗਈ ਜਾਣਕਾਰੀ ਬਾਰੇ ਹੋਰ ਜਾਣਨ ਲਈ ਤੁਸੀਂ ਵੀਡੀਓ ਡਿਸਕ੍ਰਿਪਸ਼ਨ ਵਿੱਚ ਦਿੱਤੇ ਗਏ ਲਿੰਕ ਤੇ ਕਲਿੱਕ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ ਜਲਦ ਮਿਲਦੇ ਆ ਕੈਨੇਡਾ ਇਮੀਗ੍ਰੇਸ਼ਨ ਸੰਬੰਧਿਤ ਸਹੀ ਅਤੇ ਸਬੂਤ ਦੇ ਨਾਲ ਤਾਜ਼ਾ ਖਬਰਾਂ ਲੈ ਕੇ ਸਤਿ ਸ਼੍ਰੀ ਅਕਾਲ